ਅੱਜ ਦਾ ਵਿਚਾਰ ਬਾਬਾ ਨਾਨਕ ਕੌਣ ਸੀ ਬਾਬਾ ਨਾਨਕ ਕੌਣ ਸੀ ਬਹੁਤ ਇਸ ਦੇ ਬਾਰੇ ਕਿਤਾਬਾਂ ਵੀ ਲਿਖੀਆਂ ਬੜਾ ਕੁਝ ਇਸ ਦੇ ਬਾਰੇ ਆਉਂਦਾ ਹੈ ਹਰ ਇਨਸਾਨ ਹਰ ਬੰਦਾ ਚਾਹੇ ਉਹ ਨਾਨਕ ਦਾ ਸਿੱਖ ਹੈ ਚਾਹੇ ਨਹੀਂ ਸਿੱਖ ਹੈਗਾ ਉਹ ਜਾਣਦਾ ਹੈ ਨਾਨਕ ਨੇ ਵੱਖਰੇ ਵੱਖਰੇ ਰੂਪਾਂ ਦੇ ਵਿੱਚ ਨਾਨਕ ਕਿਸੇ ਦੇ ਲਈ ਗੁਰੂ ਹੈ ਕਿਸੇ ਦੇ ਲਈ ਕ੍ਰਾਂਤੀਕਾਰੀ ਹੈ ਕਿਸੇ ਦੇ ਲਈ ਔਰਤਾਂ ਨੂੰ ਹੱਕ ਦਿਵਾਉਣ ਵਾਲਾ ਹੈ ਕਿਸੇ ਦੇ ਲਈ ਲੰਗਰ ਚਲਾਉਣ ਵਾਲਾ ਹੈ ਅਸਲ 'ਚ ਨਾਨਕ ਹੈ ਕੌਣ ਮੈਂ ਆਪ ਜੀ ਨਾਲ ਰਾਗ ਮਾਰੂ ਪਹਿਲੇ ਪਾਸ਼ਾ ਦੇ ਉਹਨਾਂ ਦੇ ਆਪਣੇ ਹੀ ਕਲਮ ਤੋਂ ਲਿਖਿਆ ਹੋਇਆ ਸ਼ਬਦ ਸਾਂਝਾ ਕਰਨਾ ਚਾਹੁੰਦਾ ਕਿ ਇੱਥੇ ਆਉਂਦਾ ਹੈ ਨਾਨਕ ਵਿਚਾਰਾ ਇੱਕ ਨਾਨਕ ਹੈ ਇੱਕ ਨਾਨਕ ਦੇ ਹੇਠਾਂ ਓਂਕੜ ਹੈ ਉਹ ਹੈਗਾ ਵੀ ਦੇਸ ਰੂਪ ਦੇ ਵਿੱਚ ਜਦੋਂ ਅਕਾਲ ਪੁਰਖ ਆਉਂਦਾ ਹੈ ਜਦੋਂ ਨਾਨਕ ਦੀ ਜੋਤ ਜਿਹੜੀ ਦਸਾਂ ਗੁਰੂ ਸਾਹਿਬਾਂ ਦੇ ਵਿੱਚ ਚੱਲੀ ਤੇ ਅੱਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਰਾਜਮਾਨ ਹੈ ਨਾਨਕ ਦੀ ਜੋਤ ਨਾਨਕ ਹੀ ਸਾਡਾ ਗੁਰੂ ਹੈ ਨਾਨਕ ਨਾਮ ਲੈਵਾ ਸੰਗਤ ਹੈ ਅਸੀਂ ਤੇ ਸਾਡੇ ਲਈ ਨਾਨਕ ਹੀ ਸਭ ਕੁਝ ਹੈ ਸੋ ਨਾਨਕ ਹੈ ਕੌਣ ਕੋਈ ਆਖੇ ਭੂਤਨਾ ਕੋਈ ਕਹੇ ਬੇਤਾਲਾ ਨਾਨਕ ਜੋਤ ਜਦੋਂ ਸਰੂਪ ਦੇ ਵਿੱਚ ਆਈ ਤਾਂ ਉਹ ਨਾਨਕ ਔਂਕੜ ਵਾਲਾ ਦੇਹ ਰੂਪ ਪਲੱਸ ਜੋਤ ਬਣ ਗਈ ਤਾਂ ਲੋਕੀ ਕਹਿੰਦੇ ਹੈ ਕੌਣ ਅਕਾਲ ਪੁਰਖ ਆਪ ਪ੍ਰਗਟ ਹੋਇਆ ਜੋਤ ਆਪ ਪ੍ਰਗਟ ਹੋਈ ਉਸ ਦੇਹ ਦੇ ਵਿੱਚ ਜਿਨ੍ਹਾਂ ਦਾ ਅੱਜ ਅਸੀਂ ਦ੍ਰਿਸ਼ ਦੇਹ ਦਾ ਅੱਜ ਅਸੀਂ ਜਨਮਪੁਰਮ ਬਣਾ ਰਹੇ ਹਾਂ ਉਹ ਦੇਹ ਪਵਿੱਤਰ ਹੋ ਗਈ ਉਹ ਦੇਹ ਧੰਨ ਹੋ ਗਈ ਉਹ ਅਕਾਲ ਪੁਰਖ ਦੀ ਜੋਤ ਉਹਦੇ ਵਿੱਚ ਪ੍ਰਗਟ ਹੋਈ ਤੇ ਉਹ ਤੋਂ ਬਾਅਦ ਪ੍ਰਚਾਰ ਹੋਇਆ ਉਦਾਸੀਆਂ ਹੋਈਆਂ ਬਾਣੀ ਰਚੀ ਗਈ ਗੁਰੂਕੁਲ ਚੱਲੀ ਬੜਾ ਕੁਛ ਹੋਇਆ ਅੱਜ ਵੀ ਹੋ ਰਿਹਾ ਹੈ ਤੇ ਲੋਕ ਪੁੱਛਦੇ ਨੇ ਨਾਨਕ ਹੈ ਕੌਣ ਕੋਈ ਕਹਿੰਦਾ ਇਹ ਭੂਤਨਾ ਹੈ ਭੂਤਨਾ ਮਤਲਬ ਪਤਾ ਹੀ ਨਹੀਂ ਲੱਗਦਾ ਕਦੇ ਇੱਥੇ ਆ ਕਦੇ ਉੱਥੇ ਆ ਇਹਦਾ ਨਹੀਂ ਕੁਝ ਪਤਾ ਲੱਗਦਾ ਕੋਈ ਕਹੇ ਬੇਤਾਲਾ ਤੇ ਇਹ ਤਾਂ ਆਪਣੀ ਰਿਦਮ ਗਵਾ ਚੁੱਕਾ ਹੈ ਇਹ ਤਾਂ ਵਿਦਆਊਟ ਰਿਦਮ ਹੈ ਬੇਤਾਲਾ ਦਾ ਮਤਲਬ ਹੁੰਦਾ ਜੇ ਦੀ ਤਾਲ ਖਰਾਬ ਹੋ ਜਾਵੇ ਜ਼ਿੰਦਗੀ ਦੀ ਤਾਲ ਖਰਾਬ ਹੋ ਜਵੇ ਸਰੀਰ ਦੀ ਬਾਡੀ ਦੀ ਤਾਲ ਖਰਾਬ ਹੋ ਜਵੇ ਆਲ ਮਟੋਲੀਆਂ ਮਾਰਨ ਲੱਗ ਜੇ ਉਹਨੂੰ ਬੇਤਾਲਾ ਕਹਿੰਦੇ ਆ ਕੋਈ ਆਖੇ ਆਦਮੀ ਜਿਸ ਤਰ੍ਹਾਂ ਕਈ ਕਹਿੰਦੇ ਆ ਕਿ ਇੱਕ ਕਿਰਤੀਆਂ ਦਾ ਮਹਾਨ ਕਿਰਤੀ ਸੀ ਕ੍ਰਾਂਤੀਕਾਰੀ ਸੀ ਉਹਨਾਂ ਨੂੰ ਉਹਨਾਂ ਚ ਇਨਕਲਾਬੀਆਂ ਨੂੰ ਕ੍ਰਾਂਤੀਕਾਰੀ ਦਿਖਾਈ ਦਿੰਦਾ ਹੈ ਕੰਮਿਆਂ ਨੂੰ ਉਹ ਕਿਰਤੀ ਦਿਖਾਈ ਦਿੰਦਾ ਖੇਤੀ ਕੀਤਾ ਪਰ ਜਿਹੜਾ ਜੋਤ ਨਾਨਕ ਦੀ ਅੰਦਰ ਪ੍ਰਗਟ ਹੋਈ ਮਹਾਰਾਜ ਅਕਾਲ ਪੁਰਖ ਨੇ ਉਹ ਕਹਿੰਦੇ ਨਹੀਂ ਇਹ ਤਾਂ ਆਦਮੀ ਆ ਇਹ ਤਾਂ ਆਮ ਆਦਮੀ ਆ ਇਹ ਤਾਂ ਕੁਝ ਵੀ ਨਹੀਂ ਹੈਗਾ ਨਾਨਕ ਵਿਚਾਰ ਕੀ ਕਰੇ ਵਿਚਾਰਾ ਹਰ ਬੰਦੇ ਦੀ ਆਪਣੀ ਆਪਣੀ ਇੰਟਰਪ੍ਰੀਟੇਸ਼ਨ ਹੈ ਉਹ ਦੇਸ ਰੂਪ ਦੇ ਵਿੱਚ ਆਕਾਲ ਪੁਰਖ ਦੀ ਜੋਤ ਤੇ ਉਹਨੂੰ ਹਰ ਬੰਦਾ ਵੱਖਰੇ ਵੱਖਰੇ ਅੰਦਾਜ਼ ਦੇ ਨਾਲ ਇੰਟਰਪ੍ਰੀਟ ਕਰ ਰਿਹਾ ਹੈ ਪਰ ਉਹ ਅੰਦਰੋਂ ਕੀ ਸੋਚ ਰਹੇ ਨੇ ਕਿਉਂਕਿ ਉਹਨਾਂ ਦੇ ਅੰਦਰ ਅਕਾਲ ਪੁਰਖ ਦੀ ਜੋਤ ਪ੍ਰਗਟ ਹੋਈ ਆ ਤੇ ਉਹ ਕਹਿ ਰਹੇ ਨੇ ਕਿ ਭਇਆ دیਵਾਨਾ ਸਾਹ ਕਾ ਨਾਨਕ ਬੌਰਾਨਾ ਕਿ ਮੈਂ ਤਾਂ ਇਸ ਸਰੀਰ ਚੱਕੀ ਫਿਰਦਾ ਹਾਂ ਪਰ ਮੈਂ دیਵਾਨਾ ਸਾਹ ਕਾ ਆ ਸ਼ਾਹ ਮੇਰਾ ਜਿਹੜਾ ਆ ਨਾ ਅਕਾਲ ਪੁਰਖ ਮੈਂ ਉਹਦਾ دیਵਾਨਾ ਆ ਜਿਹੜਾ ਹਿੰਦੀ ਫਿਲਮਾਂ ਚ دیਵਾਨਾ ਹੁੰਦਾ ਪਰ ਮੈਂ ਉਹਦਾ ਸ਼ੁਦਾਈ ਆ ਮੈਂ ਉਹਦੇ ਮਗਰ ਲੱਗਾ ਹੋਇਆ ਮੈਂ ਉਹਦਾ دیਵਾਨਾ ਆ ਹਰ ਬਿਨਾ ਵਰ ਨਾ ਜਾਣਾਂ ਅਕਾਲ ਪੁਰਖ ਤੋਂ ਬਿਨਾ ਮੈਨੂੰ ਹੋਰ ਕੁਝ ਨਹੀਂ ਪਤਾ ਨਾ ਮੈਂ ਕਿਸੇ ਨੂੰ ਜਾਣਦਾ ਇੱਕੋ ਇੱਕ ਸ਼ਖਸੀਅਤ ਹੈ ਇੱਕੋ ਇੱਕ ਹਸਤੀ ਹੈ ਦੁਨੀਆ ਦੇ ਤੇ ਹਰ ਹਰੀ ਅਕਾਲ ਪੁਰਖ ਹੁਣ ਤੁਸੀਂ ਜੋ ਮਰਜ਼ੀ ਸਮਝੀ ਜਾਓ ਅਸੀਂ ਜਿੱਦਾਂ ਮਰਜ਼ੀ ਇੰਟਰਪ੍ਰੀਟੇਸ਼ਨ ਇਹਦੀ ਕਰੀ ਜਾਈਏ ਅਸੀਂ ਕਰਦੇ ਆਂ ਕਦੇ ਉਹਨੂੰ ਕੋਈ ਉਪਾਧੀ ਦਿੰਨੇ ਕੋਈ ਕੁਛ ਪਰ ਉਹ ਕਹਿੰਦੇ ਕਿ ਮੈਂ ਅਕਾਲ ਪੁਰਖ ਤੋਂ ਬਿਨਾਂ ਕਿਸੇ ਨੂੰ ਜਾਣਦਾ ਨਹੀਂ ਮੈਂ ਉਹ ਆਪਣੇ ਸਾਹ ਅਕਾਲ ਪੁਰਖ ਦਾ ਹੀ دیਵਾਨਾ ਫਿਰ ਉਹ ਤੋਂ ਬਾਅਦ دیਵਾਨੇ ਦੀ ਵਿਆਖਿਆ ਕਰਦੇ ਨੇ ਕਿ دیਵਾਨਾ ਅਸਲ 'ਚ ਹੈ ਕੌਣ ਤਾਂ ਉਹ دیਵਾਨਾ ਜਾਣੀਏ ਜੱਪ ਹੈ دیਵਾਨਾ ਹੋਏ ਅਕਾਲ ਪੁਰਖ ਦੇ ਸਾਹ ਜਿਹੜਾ ਹੈ ਸਾਡਾ ਸ਼ਾਹ ਉਹਦੇ ਭੈ ਦੇ ਵਿੱਚ دیਵਾਨੇ ਹੋ ਜਾਓ ਫਿਰ ਉਹ ਤਾਂ ਬਣਾ बस ਸਾਡਾ ਕੋਈ ਨਹੀਂ ਹੈਗਾ ਬਸ ਜੋ ਕਰੇਗਾ ਇਹ ਸ਼ਾਹ ਕਰੇਗਾ 21 ਸਾਹਿਬ 12 ਦੂਜਾ ਅਵਰ ਨਾ ਜਾਣੇ ਕੋਈ ਇੱਕ ਸਾਹਿਬ ਨੂੰ ਜਾਣੋ ਉਹ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮਨਾਉਤ ਕਰਨੀ ਚਾਹੇ ਸਿੱਖਾ ਜਾਏ Hindu ਹੈ ਚਾਹੇ ਮੁਸਲਮਾਨ ਹੈ ਚਾਹੇ ਇਸਾਈ ਹੈ ਕਿ ਇੱਕ ਹੀ ਸਾਹਿਬ ਇੱਕੋ ਹੀ ਸਾਹਿਬ ਹੈ ਦੁਨੀਆ ਦੇ ਉੱਤੇ ਹੋਰ ਕੋਈ ਨਹੀਂ ਹੈਗਾ ਤਾਂ ਉਹ ਦਿਵਾਨਾ ਜਾਣੀਏ ਜਾ ਇੱਕਾ ਕਾਰ ਕਮਾਏ ਫਿਰ ਉਸ ਬੰਦੇ ਨੂੰ ਦਿਵਾਨਾ ਕਿਹਾ ਜਾਂਦਾ ਆ ਜਿਹੜਾ ਇੱਕ ਦੇ ਮਗਰ ਲੱਗਦਾ ਹੈ ਤੇ ਇੱਕ ਦੇ ਮਗਰ ਲੱਗ ਕੇ ਹੀ ਆਪਣੀ ਕਾਰ ਆਪਣੇ ਕਾਰਜ ਪੂਰੇ ਕਰਦਾ ਆ ਹੁਕਮ ਪਛਾਣੇ ਖਸਮ ਕਾ ਦੂਜੀ ਅਵਰ ਸਿਆਣ ਪਕਾਏ ਖਸਮ ਦਾ ਹੁਕਮ ਜਿਹਨੇ ਪਛਾਣਿਆ ਇੱਕੇ ਦਾ ਫਿਰ ਹੋਰ ਤਾਂ ਕੋਈ ਸਿਆਣ ਪਰ ਆਈ ਨਹੀਂ ਜਾਂਦੀ ਹੁਕਮ ਪਛਾਣਨਾ ਉਹਦਾ ਬਹੁਤ ਵੱਡੀ ਗੱਲ ਆ ਅੰਦਰ ਪਛਾਣਨਾ ਜਿਦਾ ਮੈਂ ਤੁਹਾਨੂੰ ਦੱਸ ਰਿਹਾ ਇਹ ਹੁਕਮ ਪਛਾਣਨ ਦੀ ਗੱਲ ਨਹੀਂ ਹੈਗੀ ਜਿਵੇਂ ਅਸੀਂ ਕਥਾ ਸੁਣੀ ਜਾਂਦੇ ਆ ਜਿਵੇਂ ਅਸੀਂ ਕੀਰਤਨ ਵੀ ਸੁਣੀ ਜਾਂਦੇ ਆ ਉਹਦੇ ਆਪਣੇ ਰਿਜ਼ਲਟ ਹੈ ਪਰ ਜਦ ਤੱਕ ਅਸੀਂ ਅੰਦਰ ਪਛਾਣਦੇ ਨਹੀਂ ਆਪ ਉਸ ਨੂੰ ਅਨੁਭਵ ਨਹੀਂ ਕਰਦੇ ਉਦੋਂ ਤੱਕ ਫਿਰ ਦੂਜੀਆਂ ਸਿਆਣਪਾਂ ਨੇ ਪਰ ਜਦੋਂ ਅਸੀਂ ਉਹ ਪਛਾਣ ਲਿਆ ਫਿਰ ਦੂਜੀ ਸਿਆਣਪ ਖਤਮ ਹੋ ਜਾਂਦੀ ਆ ਤੋਂ ਦਿਵਾਨਾ ਜਾਣੀਏ ਜਿ ਸਾਹਿਬ ਧਰੇ ਪਿਆਰ ਮੰਦਾ ਜਾਣੇ ਆਪ ਕੋ ਅਵਰ ਪਲਾ ਸੰਸਾਰ ਇਹ ਨਾ ਕਮਾਲ ਬਾਖਮਾਲ ਆਪਾਂ ਗੁਰਨਾਨਕ ਪਾਤਸ਼ਾਹ ਜੀ ਨਾਲ ਗੱਲਾਂ ਕਰ ਰਹੇ ਹਾਂ ਇਸ ਵੇਲੇ ਇਹ ਉਹਨਾਂ ਦੀ ਆਪਣੀ ਲਿਖਤ ਹੈ 500 ਸਾਲ 550 ਸਾਲ ਪਹਿਲਾਂ 550 ਸਾਲ ਪਹਿਲਾਂ ਪਤਾ ਨਹੀਂ ਉਹਨਾਂ ਨੇ ਇਸ ਪੀਰੀਅਡ ਚ ਕਦੋਂ ਸ਼ਬਦ ਉਚਾਰਿਆ ਉਦੋਂ ਜੋ ਉਹਨਾਂ ਦੇ ਮਨ ਦੇ ਅੰਦਰ ਚੱਲ ਰਹੇ ਸੀ ਅੱਜ ਆਪਾਂ ਉਹਨਾਂ ਨਾਲ ਗੱਲਾਂ ਕਰ ਰਹੇ ਹਾਂ ਇਹੀ ਨਾਨਕ ਕੋਈ ਆਖੇ ਭੂਤ ਨਾ ਕੋ ਕਹੇ ਬਤਾਲਾ ਹਰ ਬੰਦਾ ਆਪਣੀ ਆਪਣੀ ਇੰਟਰਪ੍ਰੀਟੇਸ਼ਨ ਕਰ ਰਿਹਾ ਪਰ ਅਸੀਂ ਬਾਬੇ ਨਾਨਕ ਨੂੰ ਪੁੱਛਿਆ ਕਿ ਉਹ ਆਪਣੇ ਆਪ ਨੂੰ ਕੀ ਕਹਿ ਰਿਹਾ ਹੈ ਉਹ ਆਹੀ ਕੁਛ ਕਹਿ ਰਿਹਾ ਜੋ ਅਸੀਂ ਸ਼ਬਦ ਦੇ ਵਿੱਚ ਸੁਣ ਕੇ ਹਟਿਆ ਨਾਨਕ ਦੀ ਵਡਿਆਈ ਕਹਿ ਨਹੀਂ ਸਕਦੇ ਹੁਣ ਇੱਥੇ ਅਸੀਂ ਹੋਰ ਚਿੰਤਨ ਕਰਨਾ ਹੈ ਕਿ ਅੱਜ ਕੱਲ੍ਹ ਪ੍ਰਚਾਰਕ ਬਣਦੇ ਨੇ ਅੱਜ ਤਾਂ 7-7 ਸਾਲ ਦੇ ਨਿਆਣੇ ਜਿਹੜੇ ਆ ਉਹ ਬਾਬੇ ਬਣੇ ਫਿਰਦੇ ਨੇ ਤੇ ਹਜੇ ਕਬੀਲਦਾਰੀਆਂ ਦੀ ਉਮਰਾਂ ਹੁੰਦੀਆਂ ਨੇ ਵਿਆਹਾਂ ਦੀ ਉਮਰਾਂ ਹੁੰਦੀਆਂ ਨੱਥ ਤੇ ਉਹ ਬਾਬੇ ਬਣ ਕੇ ਪ੍ਰਚਾਰ ਕਰਦੇ ਨੇ ਕਈ ਮੈਂ ਅਜੇ ਸੰਤਾਂ ਨੂੰ ਜਾਣਦਾ ਜਿਨ੍ਹਾਂ ਦੇ ਮੁੱਛ ਦਾੜੀ ਹਜੇ ਆਈ ਨਹੀਂ ਸੀ ਉਹ ਸੰਤ ਬਣ ਗਏ ਸੀ ਤੇ ਬਾਅਦ ਚ ਪਤਾ ਲੱਗਾ ਕਿ ਉਹ ਸੰਤ ਹੈ ਹੀ ਨਹੀਂ ਸੀ ਤੇ ਫਿਰ ਉਹਨਾਂ ਨੇ ਆਪਣੇ ਸੰਤਾਂ ਦੀਆਂ ਬਾਧੀਆਂ ਹਟਾਉਣੀਆਂ ਪਈਆਂ ਉਹਨਾਂ ਨੂੰ ਕਿਉਂਕਿ ਦੁਨੀਆ ਪਾਗਲ ਨਹੀਂ ਹੈਗੀ ਗੁਰਬਾਣੀ ਘਰ ਘਰ ਹੈ ਪੰਜਾਬੀ ਦੇ ਵਿੱਚ ਸਭ ਕੁਝ ਪਤਾ ਹੈ ਕੌਣ ਸੰਤ ਹੈ ਕੌਣ ਅਸੰਤ ਹੈ ਸੰਤ ਦੇ ਲੱਛਣ ਹੋਰ ਹੁੰਦੇ ਨੇ ਸਾਧ ਦੇ ਲੱਛਣ ਹੋਰ ਹੁੰਦੇ ਨੇ ਤੇ ਪਹਿਰਾਵਾ ਪਹਿਨ ਕੇ ਬਹੁਤ ਭਲੱਖਾ ਪਾਇਆ ਜਾਂਦਾ ਹੈ ਤੇ ਅਸੀਂ ਬਾਬੇ ਨਾਨਕ ਤੋਂ ਉਦਾਹਰਨ ਲਈਏ ਕਿ ਸੁਲਤਾਨ ਪਰਲੋਧੇ ਆਪਾਂ ਸਾਰੇ ਜਾਣਦੇ ਆਂ ਕਿੱਥੇ ਆ ਉਸ ਦੀ ਕੀ ਮਹੱਤਤਾ ਆ ਮੈਂ ਵੀ ਉੱਥੇ ਗਿਆ ਗੁਰਦਰਾ ਬੇਰ ਸਾਹਿਬ ਤੇ ਅਨੁਭਵ ਕੀਤਾ ਜਦੋਂ ਗੁਰੂ ਜੀ ਉੱਥੇ ਨੌਕਰੀ ਕਰਦੇ ਸੀ ਮੋਦੀ ਖਾਨੇ ਦੇ ਵਿੱਚ ਇਹ ਅਨੁਭਵ ਦੀ ਗੱਲ ਆ ਆਪਣੀ ਫੀਲਿੰਗ ਦੀ ਆ ਹਰ ਬੰਦਾ ਗੁਰੂ ਘਰ ਜਾਂਦਾ ਉਸ ਨੂੰ ਇੱਕ ਫੀਲਿੰਗ ਆਉਂਦੀ ਆ ਤੇ ਮੈਂ ਗੁਰੂ ਨਾਨਕ ਦੇ ਨਾਲ ਗੁਰੂ ਨਾਨਕ ਦੀ ਫੀਲਿੰਗ ਲਈ ਉਸਤੇ ਮੈਂ ਲੈਣਾ ਮੇਰਾ ਇਹੀ ਮੈਂ ਜਿੱਥੇ ਵੀ ਗੁਰਧਾਮ ਤੇ ਜਾਣਾ ਸੀ ਉਸ ਤੇ ਜਾਣਾ ਮੈਂ ਹਰਦوار ਵੀ ਗਿਆ ਮੈਂ ਇੱਕ ਫੀਲਿੰਗ ਲੈਣਾ ਕਿ ਇੱਥੇ ਕੀ ਰੋਹਾਨੀਅਤ ਕੀ ਆ ਉਹਦੇ ਨਾਲ ਇੱਕ ਮਿਕ ਹੋਣ ਦੀ ਕੋਸ਼ਿਸ਼ ਕਰਦਾ ਤਾਂ ਮੈਂ ਅਨੁਭਵ ਕੀਤਾ ਪੜਿਆ ਵੀ ਕਿ ਬਾਬਾ ਨਾਨਕ ਜੀ ਨੇ 13 ਸਾਲ ਉੱਥੇ ਬੈਠ ਕੇ ਆਤਮ ਚਿੰਤਨ ਕੀਤਾ ਤਪੱਸਿਆ ਕੀਤੀ ਅਧਿਆਤਮ ਨੂੰ ਜਾਣਿਆ ਆਪਣੇ ਏਕੇ ਦੇ ਨਾਲ ਜਿਹਦੀ ਉਹ ਗੱਲ ਕਰ ਰਹੇ ਨੇ ਸਾਹਿਬ ਦੇ ਨਾਲ ਗੱਲਾਂ ਕੀਤੀਆਂ ਤੇ ਉਸ ਦੀ ਵਾਰਤਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਭਾਈ ਗੁਰਦਾਸ ਜੀ ਦੀ ਵਾਰਾਂ ਦੇ ਵਿੱਚ ਆਉਂਦਾ ਹੈ 24ਵੀਂ ਵਾਰ ਦੇ ਵਿੱਚ ਕਿ ਪਹਿਲਾਂ ਪਾਇਆ ਬਖਸ਼ਦਾਰ ਪਿੱਛੋਂ ਦੇ ਫਿਰ ਕਾਲ ਕਮਾਈ ਬਾਬੇ ਨੇ ਇਦਾਂ ਨਹੀਂ ਹੋਇਆ ਪਈ ਪਹਿਲਾਂ ਪ੍ਰਚਾਰ ਕਰਨ ਚਲੇ ਗਿਆ ਦੁਨੀਆਂ ਘੁੰਮ ਲਈ ਤੇ ਮੁੜ ਕੇ ਫੇ ਪਤਾ ਲੱਗਾ ਕਿ ਮੇਰੇ ਚ ਤਾਂ ਉਹ ਚੀਜ਼ਾਂ ਹੈ ਹੀ ਨਹੀਂ ਸੀਗੀਆਂ ਉਹਨਾਂ ਨੇ ਪਹਿਲਾਂ ਮਿਹਨਤ ਕੀਤੀ ਬਖਸ਼ ਪਾਈ ਉਹਨਾਂ ਨੇ ਅਕਾਲ ਪੁਰਖ ਤੋਂ ਆਗਿਆ ਲਈ ਪਿੱਛੋਂ ਦੇ ਫਿਰ ਕਾਲ ਕਮਾਈ ਉਸ ਦੇ ਪਿੱਛੋਂ ਫਿਰ ਕਮਾਈ ਕੀਤੀ ਕਾਲ ਕੀਤੀ ਜਿਹੜਾ ਉਹਨਾਂ ਨੇ ਉਦਾਸੀਆਂ ਕੀਤੀਆਂ ਸਾਨੂੰ ਸਮਝਾਇਆ ਰੇਤ ਅਕ ਅਹਾਰ ਕਰ ਰੋੜਾਂ ਕੀ ਗੁਰ ਕੀ ਵਿਸ਼ਾਈ ਉਹਨਾਂ ਨੇ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਰੇਤੇ ਤੇ ਪਏ ਅਕ ਖਾਦਾ ਹਨਾ ਅਹਾਰ ਕੀਤਾ ਰੋੜਾਂ ਦੇ ਉੱਪਰ ਸੌਂ ਗਏ ਨਹੀਂ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਸਖਤ ਮਿਹਨਤ ਕੀਤੀ ਇਹ ਸਿੰਬੋਲਿਕ ਹੈ ਇੱਕ ਬਿੰਬ ਹੈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਣਾਈ ਇਹ ਇਹ ਤਪੱਸਿਆ ਹੁੰਦੀ ਤਪੱਸਿਆ ਇਹ ਨਹੀਂ ਕਿ ਤੂੰ ਨਹੀਂ ਬਾੜ ਲਈ ਪਾਥੀਆਂ ਬਾੜ ਲਈਆਂ ਉਹਦੇ ਮੂਰੇ ਬੈ ਕੇ ਨੰਗੇ ਹੋ ਕੇ ਭਸਮ ਲਾ ਕੇ ਇਹਨੂੰ ਤਪੱਸਿਆ ਨਹੀਂ ਕਹਿੰਦੇ ਕਿ ਫੋਕਸ ਕੀਤਾ ਉਹਨਾਂ ਨੇ ਪੂਰਾ ਜਿਸ ਤਰ੍ਹਾਂ ਪੀ ਐਚ ਡੀਆਂ ਕਰੀ ਦੀਆਂ ਫੋਕਸ ਹੋਰ ਪਾਸੇ ਧਿਆਨ ਨਹੀਂ ਹੈ ਨਹੀਂ ਉਹਨੂੰ ਤਪੱਸਿਆ ਕਹਿੰਦੇ ਅਸਲ ਚ ਤਪ ਮਤਲਬ ਯੂਅਰ ਬੋਡੀ ਹੀਟ ਹਨਾ ਪੂਰਾ ਉਹਦੇ ਡੈਡੀਕੇਟ ਡੈਡੀਕੇਸ਼ਨ ਹੈ ਬਾਬਾ ਪੈਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ ਤੇ ਹੁਣ ਇਹ ਸਾਰਾ ਕੁਝ ਕਰਨ ਤੋਂ ਉਪਰੰਤ ਜਦੋਂ ਬਖਸ਼ ਹੋਈ ਤਾਂ ਸੱਚਖੰਡ ਦੇ ਵਿੱਚ ਉਹਨਾਂ ਦੀ ਸੁਰਤ ਜਿਹੜੀ ਆ ਉਹ ਟਿੱਕੀ ਜਿਹੜਾ ਕਿ ਲਾਸਟ ਖੰਡ ਹੈ ਜਪਜੀ ਸਾਹਿਬ ਦਾ ਤੇ ਨਾਮ ਜਿਹੜੀ ਨਿਧ ਖਜ਼ਾਨਾ ਉਹ ਪਾਇਆ ਤੇ ਦਿਲ ਦੇ ਵਿੱਚ ਗਰੀਬੀ ਆਈ। ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰithvi ਦੇ ਸਿਆਈ। ਜਦੋਂ ਨੌਨਿਦ ਮੰਨ ਉਹਨਾਂ ਦੇ ਆਈ ਅੰਦਰ ਸੁਰਤ ਦੇ ਵਿੱਚ। ਕਪਾਟ ਖੁੱਲੇ ਤਾਂ ਦੇਖਿਆ ਕਿ ਸਾਰੀ ਸ੍ਰਿਸ਼ਟੀ ਜਿਹੜੀ ਪ੍ਰithvi ਹੈ ਇਹ ਤਾਂ ਜਲ ਰਹੀ ਹੈ। ਇੱਥੇ ਤਾਂ ਨਾਮ ਦਾ ਨਾਮਣਿਸ਼ਾਨ ਹੀ ਨਹੀਂ ਅਕਾਲ ਪੁਰਖ ਦਾ। ਇਹ ਤਾਂ ਸਾਰੀ ਪੁੱਠੇ ਪਾਸੇ ਨੂੰ ਤਰੀ ਹੋਈ ਹੈ। ਬਾਜ ਗੁਰੂ ਗੁਬਾਰ ਹੈ 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 ਕਰਤੀ ਸੁਣੀ ਲੁਕਾਈ ਸਾਰੇ ਹਾਏ 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 ਕਰ ਰਹੇ ਨੇ ਕੋਈ ਗੁਰੂ ਹੀ ਹੈ ਨਹੀਂ ਕੋਈ ਦੱਸਣ ਵਾਲਾ ਹੀ ਹੈ ਨਹੀਂ ਰਾ ਭਟਕ ਰਹੇ ਨੇ ਸਾਰੇ ਫੇਰ ਉਸ ਤੋਂ ਬਾਅਦ ਸੁਣਦੇ ਆਂ ਪੜ੍ਹਦੇ ਆਂ ਇਤਿਹਾਸਕਾਰਾਂ ਤੋਂ ਕਿ ਉਸ ਵੇਲੇ ਬਾਬਾ ਜੀ ਦੀ ਉਮਰ ਗੁਰਨਾਨਕ ਪਾਤਸ਼ਾਹ ਦੀ ਉਮਰ 36 ਸਾਲ ਦੀ ਸੀ ਵੇਈਂ ਪ੍ਰਵੇਸ਼ ਦੇ ਵੇਲੇ ਫੇਰ 36 ਸਾਲ ਦੀ ਉਮਰ ਦੇ ਵਿੱਚ ਉਸ ਵੇਲੇ ਤੱਕ ਉਹਨਾਂ ਨੇ ਘਾਲ ਕਮਾਈ ਕੀਤੀ ਸਿੱਧਾਂ ਨਾਲ ਗੱਲਾਂ ਕੀਤੀਆਂ ਗੋਸ਼ਟਾਂ ਕੀਤੀਆਂ ਵਿਚਾਰਾਂ ਕੀਤੀਆਂ ਕੀਰਤਨ ਕੀਤੇ ਅਧਿਆਤਮ ਕੀਤਾ ਫਿਰ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਚੜ੍ਹਿਆ ਸੋਧਣ ਧਰਤ ਲਗਾਈ ਤੇ ਉਸ ਨੇ ਫਿਰ ਮਿਸ਼ਨ ਜਿਹੜਾ ਸ਼ੁਰੂ ਕੀਤਾ ਆਪਣਾ ਕਿ ਧਰਤੀ ਨੂੰ ਸੋਧਣਾ ਮਤਲਬ ਧਰਤੀ ਨੂੰ ਸਹੀ ਕਰਨਾ ਆ ਸੀ ਜੇ ਇੱਕ ਪ੍ਰੋਬਲਮ ਆਈ ਹੈ ਇੱਕ ਮਸਲਾ ਦਿਸਿਆ ਵੀ ਸਾਰੀ ਧਰਤੀ ਜਲ ਰਹੀ ਹੈ ਇਦਾਂ ਨਹੀਂ ਕਿ ਆਰਾਮ ਨਾਲ ਬਹਿ ਗਏ ਨਹੀਂ ਕਹਿੰਦੇ ਆਈ ਵਿਲ ਡੂ ਸਮਥਿੰਗ ਅਬਾਊਟ ਇ ਮੈਂ ਇਹਦੇ ਬਾਰੇ ਕੁਝ ਕਰਾਂਗਾ ਇਹ ਮਸਲਾ ਹੈ ਮਸਲੇ ਦਾ ਹੱਲ ਕਰਾਂਗਾ ਤੇ ਉਸ ਨਾਲ ਫਿਰ ਉਹਨਾਂ ਨੇ ਉਦਾਸੀ ਦੀ ਰੀਤ ਚਲਾਈ ਕਿ ਆਪਣਾ ਗ੍ਰਸਥੀ ਜੀਵਨ ਪੂਰਾ ਕਰਕੇ ਉਹਨਾਂ ਨੇ ਫਿਰ ਧਰਮ ਦੇ ਵੱਲੋਂ ਪੈਰ ਪੁੱਟਿਆ ਬਹੁਤ ਇੰਟਰਸਟਿੰਗ ਸਫਰ ਬਾਬਾ ਜੀ ਦਾ